ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜਸ਼ੰਕਰ ਦੇ DAV ਕਾਲਜ ਫਾਰ ਗਰਲਜ਼ ਦਾ ਸਾਲਾਨਾ ਇਨਾਮ ਵੰਡ ਅਤੇ ਡਿਗਰੀ ਵੰਡ ਸਮਾਗਮ ਬਹੁਤ ਹੀ ਜੋਸ਼ੋ ਖਰੋਸ਼ ਨਾਲ ਕਾਲਜ ਦੇ ਖੁੱਲ੍ਹੇ ਵਿਹੜੇ ਵਿੱਚ ਕਰਵਾਇਆ ਗਿਆ। ਅੱਜ ਦੇ ਸਮਾਗਮ ਦੌਰਾਨ 84 ਦੇ ਕਰੀਬ ਵਿਦਿਆਰਥਣਾਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਡਿਗਰੀ ਪ੍ਰਦਾਨ ਕਰਨ ਦਾ ਚਾਅ ਵਿਦਿਆਰਥਣਾਂ ਦੇ ਚਿਹਰਿਆਂ ਤੋਂ ਸਾਫ਼ ਝਲਕ ਰਿਹਾ ਸੀ। ਸਮਾਗਮ ਨੂੰ ਚਾਰ ਚੰਨ ਲਾਉਣ ਲਈ ਸਰਦਾਰ ਰਵਨੀਤ ਸਿੰਘ ਬਿੱਟੂ, ਮੈਂਬਰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ, ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ, ਜਦੋਂ ਕਿ ਸ੍ਰੀ BP ਬੇਦੀ, ਪ੍ਰਧਾਨ DAV ਕਾਲਜ ਪ੍ਰਬੰਧਕ ਕਮੇਟੀ ਅਤੇ ਸ੍ਰੀ ਤਰਲੋਚਨ ਸਿੰਘ ਸੂੰਡ, ਹਲਕਾ ਵਿਧਾਇਕ ਬੰਗਾ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਕਾਲਜ ਪਹੁੰਚਣ ਤੇ ਮੁੱਖ ਮਹਿਮਾਨ ਸਰਦਾਰ ਰਵਨੀਤ ਸਿੰਘ ਬਿੱਟੂ ਦਾ ਪ੍ਰਬੰਧਕਾਂ ਵੱਲੋਂ ਅਤੇ ਕਾਲਜ ਸਟਾਫ ਵੱਲੋਂ ਹਾਰਦਿਕ ਸਵਾਗਤ ਕੀਤਾ ਗਿਆ ਅਤੇ ਬੜੇ ਮਾਨ ਸਨਮਾਨ ਨਾਲ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਲਈ ਲਿਜਾਇਆ ਗਿਆ। ਪੰਜਾਬੀ ਸੱਭਿਆਚਾਰ ਦੀ ਰਵਾਇਤ ਨੂੰ ਪੂਰਦਿਆਂ ਪ੍ਰੋਗਰਾਮ ਦੀ ਸ਼ੁਰੂਆਤ ਉਸ ਵਾਹਿਗੁਰੂ ਦੀ ਉਸਤਤ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਕਾਲਜ ਦੀ ਵਿਦਿਆਰਥਣ ਰਹੀ ਇੰਦਰਜੀਤ ਕੌਰ ਵੱਲੋਂ ਲੋਕ ਗੀਤ ਦੀ ਪੇਸ਼ਕਾਰੀ ਸਲਾਹੁਣ ਯੋਗ ਸੀ, ਜਿਸ ਦੀ ਸਰਾਹਨਾ ਸਭ ਨੇ ਤਾੜੀਆਂ ਮਾਰ ਕੇ ਕੀਤੀ। ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਰਵਨੀਤ ਕੌਰ ਨੇ ਗੀਤ ਦੀ ਵਧੀਆ ਪੇਸ਼ਕਾਰੀ ਦਿੱਤੀ ਅਤੇ ਸਭ ਦਾ ਮਨੋਰੰਜਨ ਕੀਤਾ। ਮਹਿਮਾਨਾਂ ਅਤੇ ਆਉਣ ਵਾਲੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਣ ਲਈ ਬਣਾਈ ਗਈ ਸਵਾਗਤੀ ਕਮੇਟੀ ਨੇ ਹਰ ਇੱਕ ਦਾ ਨਿੱਘਾ ਸਵਾਗਤ ਕੀਤਾ। ਸਰਦਾਰ ਤਰਲੋਚਨ ਸਿੰਘ ਸੂੰਡ, ਹਲਕਾ ਵਿਧਾਇਕ ਬੰਗਾ ਵੱਲੋਂ ਅਜੋਕੀ ਵਿੱਦਿਅਕ ਪ੍ਰਣਾਲੀ ਬਾਰੇ ਵਧੇਰੇ ਸਾਰਥਿਕ ਉਪਰਾਲੇ ਕਰਨ ਦੀ ਲੋੜ ਸੰਬੰਧੀ ਵਿਚਾਰ ਪੇਸ਼ ਕੀਤੇ ਗਏ, ਜਿਸ ਵਿੱਚ DAV ਕਾਲਜ ਫਾਰ ਗਰਲਜ਼ ਗੜਸ਼ੰਕਰ ਅਹਿਮ ਯੋਗਦਾਨ ਪਾ ਰਿਹਾ ਹੈ। ਕਾਲਜ ਦੀ ਅਦਾਕਾਰਾ ਮਲਕਾ ਵੱਲੋਂ ਰਵਾਇਤੀ ਗੀਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੋਇਆ ਡਾਂਸ ਪੇਸ਼ ਕੀਤਾ ਗਿਆ। DAV ਕਾਲਜ ਦੀ ਚੰਗੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਆਲੇ ਦੁਆਲੇ ਦੇ ਕੋਈ 40 ਪਿੰਡਾਂ ਦੇ ਸਰਪੰਚ, ਇਲਾਕਾ ਨਿਵਾਸੀ, ਪਤਵੰਤੇ ਸੱਜਣ, ਵਕੀਲ, ਡਾਕਟਰ, ਧਾਰਮਿਕ ਅਤੇ ਸਮਾਜਿਕ, ਵਿੱਦਿਅਕ ਅਤੇ ਰਾਜਨੀਤਿਕ ਖੇਤਰ ਦੇ ਆਗੂ ਵੱਡੀ ਗਿਣਤੀ ਵਿੱਚ ਇਸ ਸਮਾਗਮ ਦੀ ਰੌਣਕ ਵਧਾਉਣ ਲਈ ਪਹੁੰਚੇ ਹੋਏ ਸਨ। ਲਗਭਗ 700 ਵਿਦਿਆਰਥਣਾਂ ਨੂੰ ਵਿੱਦਿਆ ਦਾ ਗਹਿਣਾ ਪਹਿਨਾਉਣ ਵਾਲੇ ਇਸ ਅਦਾਰੇ ਵਿੱਚ ਚੱਲ ਰਹੇ ਸਮਾਗਮ ਦੌਰਾਨ 84 ਦੇ ਕਰੀਬ ਭਾਗਸ਼ਾਲੀ ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਵਜੋਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ BP ਬੇਦੀ ਅਤੇ ਪ੍ਰਿੰਸੀਪਲ ਸ੍ਰੀਮਤੀ ਹਰਿੰਦਰ ਗਰਚਾ ਦੀ ਹਾਜ਼ਰੀ ਵਿੱਚ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਸਮੁੱਚੇ ਪ੍ਰੋਗਰਾਮ ਦੇ ਮਨ ਸੰਚਾਲਨ ਦੀ ਅਹਿਮ ਜ਼ਿੰਮੇਵਾਰੀ ਮੈਡਮ ਕਮਲਇੰਦਰ ਕੌਰ ਜੀ ਨੇ ਬਹੁਤ ਹੀ ਸ਼ਲਾਘਾਯੋਗ ਢੰਗ ਨਾਲ ਨਿਭਾਈ। ਅਜਿਹਾ ਕਰਦੇ ਹੋਏ ਉਹਨਾਂ ਨੇ ਕਾਲਜ ਦੀਆਂ ਸਾਹਿਤਕ, ਸਮਾਜਿਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਦੀ ਚਰਚਾ ਕੀਤੀ। ਕਾਲਜ ਦੀ ਸਹਿਯੋਗ ਪ੍ਰਿੰਸੀਪਲ ਡਾਕਟਰ ਹਰਿੰਦਰ ਗਰਚਾ ਨੇ ਕਾਲਜ ਦੀਆਂ ਸਾਲਾਨਾ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਲੇਖਾ ਜੋਖਾ ਹਾਜ਼ਰੀਨ ਦੇ ਸਨਮੁਖ ਪੇਸ਼ ਕੀਤਾ, ਜਿਸ ਤੇ ਹਰ ਕੋਈ ਫਖਰ ਮਹਿਸੂਸ ਕਰਦਾ ਨਜ਼ਰ ਆਇਆ। ਮੁਟਿਆਰਾਂ ਅਤੇ ਨੌਜਵਾਨਾਂ ਦੀ ਮਨਪਸੰਦ ਦਾ ਲੋਕ ਗੀਤ ਬੇਟੀ ਰਵਨੀਤ ਕੌਰ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਵਿਦਿਆਰਥਣਾਂ ਦੇ ਰੂਬਰੂ ਹੁੰਦਿਆਂ ਵਿਸ਼ੇਸ਼ ਮਹਿਮਾਨ ਸ੍ਰੀ ਲਵ ਕੁਮਾਰ ਗੋਲਡੀ,
ਸਾਬਕਾ ਹਲਕਾ ਵਿਧਾਇਕ ਗੜਸ਼ੰਕਰ ਨੇ ਵੀ ਕਾਲਜ ਦੀਆਂ ਪ੍ਰਾਪਤੀਆਂ ਤੇ ਆਪਣੀ ਤਸੱਲੀ ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰੋਟੇਰੀਅਨ ਸ਼੍ਰੀ ਬੀਪੀ ਬੇਦੀ ਨੇ ਕਾਲਜ ਸੰਬੰਧੀ ਲੋੜਾਂ, ਥੋੜਾਂ ਅਤੇ ਪ੍ਰਾਪਤੀਆਂ ਦਾ ਮੁੱਖ ਮਹਿਮਾਨ ਜੀ ਅੱਗੇ ਖੁਲਾਸਾ ਪੇਸ਼ ਕੀਤਾ ਅਤੇ ਵਿਦਿਆਰਥਣਾਂ ਨੂੰ ਮੁੱਖ ਮਹਿਮਾਨ ਜੀ ਦੇ ਗੌਰਵਮਈ ਜੀਵਨ ਸੰਬੰਧੀ ਜਾਣਕਾਰੀ ਦਿੱਤੀ। ਅੱਜ ਦੀ ਇਸ ਸ਼ੁਭ ਘੜੀ ਤੇ ਕਾਲਜ ਦਾ ਸਾਲਾਨਾ ਮੈਗਜ਼ੀਨ ਪਿਰਅੰਕਾ 2013-14 ਮਹਿਮਾਨਾਂ ਅਤੇ ਪ੍ਰਬੰਧਕਾਂ ਵੱਲੋਂ ਸਾਂਝੇ ਤੌਰ ਤੇ ਜਾਰੀ ਕੀਤਾ ਗਿਆ, ਜਿਸ ਨੂੰ ਹਰ ਵਰਗ ਦੇ ਪਾਠਕ ਵੱਲੋਂ ਪਸੰਦ ਕੀਤਾ ਗਿਆ। ਮੰਚ ਤੋਂ ਸੰਬੋਧਿਤ ਹੁੰਦਿਆਂ ਮੁੱਖ ਮਹਿਮਾਨ ਸਰਦਾਰ ਰਵਨੀਤ ਸਿੰਘ ਬਿੱਟੂ ਨੇ ਹੁਣ ਦੇ ਕੰਪਿਊਟਰ ਯੁੱਗ ਵਿੱਚ DAV ਕਾਲਜ ਗੜਸ਼ੰਕਰ ਵੱਲੋਂ ਪਾਏ ਜਾ ਰਹੇ ਭਰਵੇਂ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਕਾਲਜ ਵਿੱਚ ਵਿੱਦਿਆ ਦੇ ਉੱਚ ਮਿਆਰੀ ਹੋਣ ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਉਹਨਾਂ ਨੇ ਕਾਲਜ ਦੀਆਂ ਲੋੜਾਂ ਪੂਰੀਆਂ ਕਰਨ ਲਈ 10 ਲੱਖ ਰੁਪਏ ਦੀ ਮਾਇਕ ਸਹਾਇਤਾ ਦੇਣ ਦਾ ਐਲਾਨ ਵੀ ਕੀਤਾ। ਕਾਲਜ ਵੱਲੋਂ ਵਿਦਿਆਰਥਣਾਂ ਦੀ ਵਧੀਆ ਕਾਰਗੁਜ਼ਾਰੀ ਤੋਂ ਖੁਸ਼ ਹੋ ਕੇ ਪਲ ਸਾਂਝੇ ਕਰਨ ਲਈ ਸ਼ਾਨਦਾਰ ਯਾਦਗਾਰੀ ਚਿੰਨ੍ਹਾਂ ਦਾ ਪ੍ਰਬੰਧ ਕੀਤਾ ਗਿਆ ਸੀ। ਕਾਲਜ ਦੀ ਵਿਦਿਆਰਥਣ ਪ੍ਰਵੀਨ ਵੱਲੋਂ ਪੇਸ਼ ਕੀਤਾ ਗਿਆ ਸੱਭਿਆਚਾਰਕ ਗੀਤ ਸਰੋਤਿਆਂ ਵੱਲੋਂ ਬਹੁਤ ਸਲਾਹਿਆ ਗਿਆ। ਮੁੱਖ ਮਹਿਮਾਨ ਵੱਲੋਂ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਪਤਵੰਤੇ ਸੱਜਣਾਂ, ਪਿੰਡਾਂ ਦੇ ਸਰਪੰਚਾਂ ਅਤੇ ਹੋਰ ਸ਼ੁਭ ਚਿੰਤਕਾਂ ਸਮੇਤ ਕਾਲਜ ਦੇ ਪੁਰਾਣੇ ਮਿਹਨਤਕਸ਼ ਦਰਜਾ 4 ਮੁਲਾਜ਼ਮਾਂ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨ ਕੀਤਾ ਗਿਆ। ਕਾਲਜ ਪ੍ਰਬੰਧਕਾਂ ਦੀ ਤਰਫੋਂ ਸ਼੍ਰੀ GS ਢਿੱਲੋਂ ਤਹਿਸੀਲਦਾਰ ਅਤੇ ਸਰਦਾਰ ਸਤਨਾਮ ਸਿੰਘ ਨਾਇਬ ਤਹਿਸੀਲਦਾਰ ਗੜਸ਼ੰਕਰ ਵੱਲੋਂ ਸ਼੍ਰੀ BP ਬੇਦੀ ਅਤੇ ਪ੍ਰਿੰਸੀਪਲ ਡਾਕਟਰ ਹਰਿੰਦਰ ਗਰਚਾ ਦੀ ਹਾਜ਼ਰੀ ਵਿੱਚ ਜਿੱਥੇ ਵੱਖ ਵੱਖ ਪਿੰਡਾਂ ਦੇ ਸਰਪੰਚਾਂ ਅਤੇ ਪਤਵੰਤੇ ਸੱਜਣਾਂ ਦਾ ਸਨਮਾਨ ਕੀਤਾ ਗਿਆ, ਉੱਥੇ ਵੱਖ ਵੱਖ ਖੇਤਰਾਂ ਵਿੱਚੋਂ ਪੋਜੀਸ਼ਨ ਹਾਸਲ ਕਰਨ ਵਾਲੀਆਂ ਕਾਲਜ ਦੀਆਂ ਹੁਸ਼ਿਆਰ ਅਤੇ ਕਲਾਕਾਰ ਵਿਦਿਆਰਥਣਾਂ ਦਾ ਵੀ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਸਰਦਾਰ ਰਵਨੀਤ ਸਿੰਘ ਬਿੱਟੂ, ਸ਼੍ਰੀ BP ਬੇਦੀ, ਸ਼੍ਰੀਮਤੀ ਅਨੁਰਾਧਾ ਬੇਦੀ, ਡਾਕਟਰ ਪ੍ਰਿੰਸੀਪਲ ਭਾਰਤੀ ਓਬਰਾਏ, ਡਾਕਟਰ ਗੁਰਦੇਵ ਸਿੰਘ, ਸਮੂਹ ਸਟਾਫ, ਪਤਵੰਤੇ ਸੱਜਣਾ, ਇਲਾਕਾ ਨਿਵਾਸੀਆਂ ਅਤੇ ਵਿਦਿਆਰਥਣਾਂ ਦੀ ਹਾਜ਼ਰੀ ਵਿੱਚ ਕੁੜੀਆਂ ਦਾ ਭੰਗੜਾ ਅੱਜ ਦੇ ਸਮਾਗਮ ਦੀ ਸਿਖਰ ਹੋ ਨਿਬੜਿਆ, ਜਿਸ ਨੇ ਸਮਾਗਮ ਗਰਮਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪੰਡਾਲ ਆਖਰੀ ਪਲ ਤੱਕ ਵੀ 700 ਦੇ ਕਰੀਬ ਵਿਦਿਆਰਥਣਾਂ ਅਤੇ ਪਤਵੰਤੇ ਸੱਜਣਾਂ ਨਾਲ ਖਚਾਖਚ ਭਰਿਆ ਦੇਖਣ ਨੂੰ ਮਿਲਿਆ, ਜਿਸ ਕਰਕੇ ਸਮਾਗਮ ਨੂੰ ਉੱਚ ਪੱਧਰੀ ਸਫਲਤਾ ਦਾ ਸਰਟੀਫਿਕੇਟ ਦਿੱਤਾ ਜਾ ਸਕਦਾ ਹੈ। ਅੰਤ ਵਿੱਚ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼੍ਰੀ BP ਬੇਦੀ ਨੇ ਸਾਡੇ ਪ੍ਰਤੀਨਿਧ ਸਰਦਾਰ ਅਵਤਾਰ ਸਿੰਘ ਗੋਬਿੰਦਪੁਰੀ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੰਤ ਵਿੱਚ ਮੈਂ ਅੱਜ ਦੇ ਮੁੱਖ ਮਹਿਮਾਨ ਸਰਦਾਰ ਰਵਨੀਤ ਸਿੰਘ ਜੀ ਬਿੱਟੂ, ਮੈਂਬਰ ਪਾਰਲੀਮੈਂਟ, ਅਤੇ ਉਹਨਾਂ ਦੇ ਨਾਲ ਆਏ ਸਾਥੀ ਉਹਨਾਂ ਦੇ ਸ਼੍ਰੀ ਲਵ ਕੁਮਾਰ ਜੀ ਗੋਲਡੀ, XMLA ਗੜਸ਼ੰਕਰ ਅਤੇ MLA ਬੰਗਾ ਸ਼੍ਰੀ ਤਰਲੋਚਨ ਸਿੰਘ ਜੀ ਸੂਣ ਦਾ ਵੀ ਖਾਸ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਮਾਂ ਕੱਢਿਆ ਔਰ ਇਹ ਸਾਡੇ ਕੋਨਵੋਕੇਸ਼ਨ ਕੰਮ ਪ੍ਰਾਈਜ਼ ਡਿਸਟ੍ਰੀਬਿਊਸ਼ਨ ਫੰਕਸ਼ਨ 'ਤੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਔਰ ਇਹ ਮਕਸਦ ਇਹ ਸੀਗਾ ਕਿ ਇੱਕ ਯੰਗ ਛੋਟੀ ਉਮਰ 'ਚ ਸਭ ਤੋਂ ਛੋਟਾ MP ਬਣਿਆ ਤਾਂ ਕਿ ਬੱਚਿਆਂ ਨੂੰ ਉਤਸ਼ਾਹ ਮਿਲੇ ਕਿ ਉਮਰ ਨਾਲ ਕੋਈ ਖਾਸ ਗੱਲ ਨਹੀਂ ਹੁੰਦੀ, ਬਾਕੀ ਐਕਸਪੀਰੀਅੰਸ ਐਂਡ ਮਿਹਨਤ ਦਾ ਸਦਕਾ ਇਹ ਲੋਕ ਉੱਪਰ ਚੜ੍ਹਦੇ ਨੇ। ਤੋ ਇਹ ਜਿਹੜਾ ਅੱਜ ਦਾ ਦਿਨ ਹੈ, ਜਿਹੜੇ MP ਸਾਹਿਬ ਨੇ 84 ਬੱਚਿਆਂ ਨੂੰ ਡਿਗਰੀਆਂ ਦਿੱਤੀਆਂ ਔਰ ਉਸ ਦੇ ਨਾਲ ਪ੍ਰਾਈਜ਼ ਵੀ ਦਿੱਤੇ, ਜਿਹੜੇ ਫਸਟ ਸੈਕਿੰਡ ਅਕੈਡੈਮਿਕ ਸੈਸ਼ਨ ਔਰ ਖਾਸ ਤੌਰ 'ਤੇ ਅਸੀਂ ਜਿਹੜੇ ਇੱਕ ਬੈਸਟ ਸਪੋਰਟਸ ਵਾਸਤੇ ਵੀ ਔਰ ਬੈਸਟ ਜਿਹੜੇ ਆਫ ਦਾ ਈਅਰ ਜਿਹੜਾ ਸਟੂਡੈਂਟ ਸੀ ਉਹਨੂੰ ਵੀ ਦਿੱਤਾ ਔਰ 100% ਜਿਹਨਾਂ ਦੇ ਬੱਚਿਆਂ ਦੀ ਪ੍ਰੈਜੈਂਸ ਸੀਗੀ ਉਹਨਾਂ ਨੂੰ ਉਤਸ਼ਾਹਿਤ ਕੀਤਾ ਤਾਂ ਕਿ ਰੈਗੂਲੈਰਿਟੀ ਜਿਹੜੀ ਹੈ ਅਲਟੀਮੇਟਲੀ ਬੱਚਿਆਂ ਦੀ ਪੇ ਕਰਦੀ ਹੈ ਔਰ ਜਿੰਨੇ ਜਿਹੜੇ ਬੱਚੇ ਜਿੰਨੇ ਐਬਸੈਂਟ ਹੁੰਦੇ ਨੇ ਉਹਨਾਂ ਉਹਨਾਂ ਦੇ ਨੰਬਰ ਘੱਟ ਜਾਂਦੇ ਨੇ। ਸੋ ਇੱਕ ਨਵਾਂ ਅਸੀਂ ਸੈੱਟ ਕੀਤਾ ਤਾਂ ਕਿ ਬੱਚਿਆਂ ਨੂੰ ਹਾਜ਼ਰੀ ਜ਼ਰੂਰੀ ਹੋ ਜਾਵੇ ਔਰ ਹਾਜ਼ਰੀ ਨਾਲ ਹੀ ਰਿਜ਼ਲਟ ਬਣਦੇ ਹਨ ਔਰ ਇਹ ਜਿਹੜੀ ਉਮਰ ਹੁੰਦੀ ਹੈ ਬੱਚਿਆਂ ਦੀ ਜਿਨ੍ਹਾਂ ਨੇ ਡਿਗਰੀਆਂ ਲਈਆਂ, MP ਸਾਹਿਬ ਨੇ ਦੱਸਿਆ ਕਿ ਇੱਕ ਬੜੀ ਅੱਛਾ ਦਿਨ ਹੁੰਦਾ ਜ਼ਿੰਦਗੀ ਦਾ ਜਿਹਦੇ ਵਿੱਚ ਬੱਚਾ ਡਿਸਾਈਡ ਕਰਦਾ ਕਿ ਮੈਂ ਅੱਗੋਂ ਆਪਣੀ ਲਾਈਫ 'ਚ ਕੀ ਕਰਨਾ ਹੈ ਔਰ ਇਹ ਬੜਾ ਸੋਚ ਸਮਝ ਕੇ ਕਰਨਾ ਪੈਂਦਾ। ਉਹਨਾਂ ਨੇ ਡਿਫਰੈਂਟ ਐਵਨਿਊਜ਼ ਦੱਸੇ। ਅਸੀਂ ਕਾਲਜ ਦੇ ਵਿੱਚ ਵੀ ਕਿਉਂਕਿ ਡਿਗਰੀ ਦੇ ਬਾਅਦ ਜਿਹੜੇ ਡਿਫਰੈਂਟ ਐਵਨਿਊ ਚੁਣਨ ਵਾਸਤੇ ਅਸੀਂ ਐਡ ਆਨ ਕੋਰਸ ਸ਼ੁਰੂ ਕਰਤੇ ਤਾਂ ਕਿ ਸਾਈਮਲਟੇਨੀਅਸਲੀ ਡਿਗਰੀਜ਼ ਮਿਲਣ। ਜਿਹੜਾ ਪਹਿਲਾ ਸਾਲ BA 1 ਕਰੇਗਾ ਉਹਨੂੰ ਵੀ 2 ਡਿਗਰੀਆਂ ਪੰਜਾਬ ਯੂਨੀਵਰਸਿਟੀ ਦੀਆਂ ਮਿਲਣਗੀਆਂ। Part 2 'ਚ BA Part 2 ਕਰੇਗਾ ਤਾਂ ਵੀ 2 ਡਿਗਰੀਆਂ ਮਿਲਣਗੀਆਂ ਔਰ 3 ਕਰੇਗਾ ਫਿਰ ਵੀ ਉਹਨੂੰ 2 ਡਿਗਰੀਆਂ ਮਿਲਣਗੀਆਂ। ਸੋ ਇਸ ਦੇ ਨਾਲ ਵੋਕੇਸ਼ਨ ਦਾ ਵੀ ਨਾਲ ਸੈੱਟ ਹੋ ਜਾਂਦਾ ਹੈ
ਔਰ ਬੱਚੇ ਨੂੰ ਜ਼ਿੰਦਗੀ ਦੇ ਵਿੱਚ ਸੈਟਲ ਹੋਣ ਨੂੰ ਬਹੁਤ ਅੱਛਾ ਲੱਗਦਾ ਹੈ ਔਰ ਅੱਛੇ ਤਰੀਕੇ ਨਾਲ ਸਮਝ ਕੇ ਜਾਂਦਾ ਹੈ।